ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਆਗੂਆਂ ਵਿੱਚੋਂ ਦਰਸ਼ਨਪਾਲ ਜੀ ਹੁਣਾਂ ਦੀ ਅੱਜ ਸਵੇਰੇ ਕਾਲ ਆਈ ਸੀ ਉਹਨਾਂ ਨੇ ਕਿਹਾ ਕਿ ਸਪੈਸ਼ਲ ਤੁਸੀਂ ਇੱਕ ਵੀਡੀਓ ਬਣਾਓ ਤੇ ਸਾਰੇ ਕਿਸਾਨ ਵੀਰਾਂ ਨੂੰ ਭਰਾਵਾਂ ਨੂੰ ਜੋ ਕਿ ਸਵੇਰੇ 26 ਨੂੰ ਦਿੱਲੀ ਜਾ ਰਹੇ ਨੇ ਉਹਨਾਂ ਨੂੰ ਜਰੂਰ ਬੇਨਤੀ ਕਰੋ ਮੈਂ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਵੀ ਤੇ ਆਪਣੇ ਵੱਲੋਂ ਵੀ ਸਾਰੇ ਕਿਸਾਨਾਂ ਨੂੰ ਜਾਣ ਵਾਲੇ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਲਾਂਕਿ 10 ਵਾਰ ਘਟ ਤੋਂ ਘਟ ਮੈਂ ਇਹ ਗੱਲ ਸਟੇਜ ਤੇ ਬੋਲੀ ਹੈ ਇਹ ਕਿਸਾਨੀ ਸੰਘਰਸ਼ ਹੈ ਕਿਸਾਨਾਂ ਵੱਲੋਂ ਵਿੱਢਿਆ ਹੋਇਆ ਅੰਦੋਲਨ ਹੈ ਤੇ ਜਿਹੜਾ ਵੀ ਕੋਈ ਅੱਗੇ ਲੱਗ ਕੇ ਕੰਮ ਕਰਦਾ ਹੈ ਉਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕੋਈ ਵੀ ਘਟਨਾ ਅਣਸੁਖਾਵੀ ਵਾਪਰਦੀ ਏ ਇਸ ਦੀ ਜ਼ਿੰਮੇਵਾਰੀ ਫਿਰ ਕਿਸਾਨ ਆਗੂਆਂ ਦੀ ਬਣ ਜਾਂਦੀ ਏ ਜਿਹੜੇ ਅੱਗੇ ਲੱਗੇ ਹੁੰਦੇ ਐ ਬਹੁਤ ਸਾਰੇ ਸ਼ਰਾਰਤੀ ਅੰਸਰ ਵਿੱਚ ਵੜ ਜਾਂਦੇ ਐ ਸਰਕਾਰਾਂ ਵੀ ਚਾਹੁੰਦੀਆਂ ਕਿ ਕਿਵੇਂ ਨਾ ਕਿਵੇਂ ਇਸ ਅੰਦੋਲਨ ਨੂੰ ਤਾਰਪੀਡੋ ਕਰ ਦਿੱਤਾ ਜਾਵੇ ਖਤਮ ਕਰ ਦਿੱਤਾ ਜਾਵੇ ਬਦਨਾਮ ਕਰ ਦਿੱਤਾ ਜਾਵੇ ਇਸ ਕਰਕੇ ਪਿਛਲੇ ਦਿਨਾਂ ਵਿੱਚ ਆਪਾਂ ਵੇਖਿਆ ਗਾਹੇ ਬਗਾਹੇ ਉਹਨਾਂ ਨੇ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਸੋ ਹੁਣ 26 ਤਰੀਕ ਨੂੰ ਕੱਲ ਨੂੰ ਜੋ ਕਿ ਮਾਰਚ ਜਾ ਰਿਹਾ ਹੈ ਪ੍ਰੇਡ ਕੀਤੀ ਜਾ ਰਹੀ ਹੈ ਕਿਸਾਨ ਕਿਸਾਨਾਂ ਵੱਲੋਂ ਉਹਦੇ ਵਿੱਚ ਹਜ਼ਾਰਾਂ ਟਰੈਕਟਰ ਜਾ ਰਹੇ ਹੈ ਲੱਖਾਂ ਕਿਸਾਨ ਜਾ ਰਹੇ ਹੈ ਉਹਦੇ ਵਾਸਤੇ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕਿਸਾਨ ਆਗੂਆਂ ਦੀਆਂ ਹਦਾਇਤਾਂ ਮੁਤਾਬਕ ਚੱਲੋ ਸ਼ਾਂਤੀ ਬਣਾ ਕੇ ਰੱਖੋ ਜਿੱਥੇ-ਜਿੱਥੇ ਤੋਰਨ ਉੱਥੇ-ਉਥੇ ਤੁਰਦੇ ਜਾਓ ਜਿੱਥੇ-ਜਿੱਥੇ ਰੋਕਦੇ ਜਾਣ ਉੱਥੇ-ਉੱਥੇ ਰੁਕਦੇ ਜਾਓ ਜਿੱਥੇ ਬਿਠਾਉਂਦੇ ਜਾਣ ਬੈਠਦੇ ਜਾਈਏ ਮਸਲਾ ਹੈ ਉਹਨਾਂ ਦੇ ਨਾਲ ਤੁਰਨ ਦਾ ਭਰੋਸਾ ਕਰਕੇ ਪਿੱਛੇ ਲੱਗ ਕੇ ਤੁਰਨ ਦਾ ਸੋ ਇਹ ਆਪ ਸਾਰਿਆਂ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਜਿਹੜੇ ਵੀ ਵੀਰ ਉੱਥੇ ਜਾ ਰਹੇ ਐ ਹੁੱਲੜਬਾਜੀ ਕਿਸੇ ਤਰ੍ਹਾਂ ਦੀ ਨਾ ਹੋਵੇ ਸਰਕਾਰਾਂ ਚਾਹੁੰਦੀਆਂ ਕਿ ਤੁਸੀਂ ਕੋਈ ਹੁੱਲੜਬਾਜੀ ਕਰੋ ਤੁਸੀਂ ਕੋਈ ਨਾਰੇ ਲਾਓ ਕੋਈ ਭੱਦੀ ਸ਼ਬਦਾਵਲੀ ਵਰਤੋ ਉਨੀਕ ਰਿਕਾਰਡਿੰਗ ਕੱਟ ਕੇ ਫਿਰ ਉਹਨਾਂ ਨੇ ਵੱਡੇ ਚੈਨਲਾਂ ਦੇ ਉੱਤੇ ਚਲਾ ਦੇਣੀ ਹੈ ਜਿਸ ਕਰਕੇ ਕਿਸਾਨੀ ਸੰਘਰਸ਼ ਦਾ ਫਾਇਦਾ ਕਰਨ ਦੀ بجائے ਅਸੀਂ ਨੁਕਸਾਨ ਕਰ ਰਹੇ ਹਾਂ ਮੈਂ ਪਹਿਲੇ ਦਿਨ ਤੋਂ ਕਿਹਾ ਸੀ ਕਿਸਾਨਾਂ ਨੂੰ ਮੈਂ ਫੋਨ ਕਰਦਾ ਰਿਆਂ ਗੱਲਬਾਤ ਹੁੰਦੀ ਰਹੀ ਹੈ ਮੈਂ ਇੱਥੋਂ ਤੱਕ ਵੀ ਕਿਹਾ ਸੀ ਜੀ ਅਸੀਂ ਦਵਾਨ ਲਾਉਨੇ ਆ ਇੱਥੇ ਆ ਕੇ ਪ੍ਰੋਗਰਾਮ ਕਰਦੇ ਆ ਉਹ ਕਹਿੰਦੇ ਜੀ ਤੁਹਾਡੇ ਆਉਣ ਨਾਲ ਕੋਈ ਦੂਸਰਾ ਉੱਥੇ ਕੋਈ ਸਮੱਸਿਆ ਖੜੀ ਨਾ ਹੋ ਜਾਏ ਅਸੀਂ ਉਹਨਾਂ ਨੂੰ ਸਮੱਸਿਆ ਪਾਉਣੀ ਨਹੀਂ ਸਮੱਸਿਆ ਦਾ ਅਸੀਂ ਹੱਲ ਕਰਾਉਣਾ ਅਸੀਂ ਮੁਸੀਬਤ ਦਾ ਹੱਲ ਕਰਨਾ ਹੈ ਨਾ ਕਿ ਅਸੀਂ ਮੁਸੀਬਤ ਬਣਨਾ ਹੁੰਦਾ ਜਿੱਥੇ ਸਾਨੂੰ ਲੱਗਦਾ ਕਿ ਸਾਡੇ ਕਰਕੇ ਕੋਈ ਪ੍ਰੋਬਲਮ ਆ ਰਹੀ ਹੈ ਤੇ ਸਾਨੂੰ ਪਿੱਛੇ ਹਟ ਜਾਣਾ ਚਾਹੀਦਾ ਇਸ ਕਰਕੇ ਕਿਸਾਨ ਆਗੂਆਂ ਨੇ ਇਹ ਅੰਦੋਲਨ ਛੇੜਿਆ ਦਿਨ ਰਾਤ ਮੀਟਿੰਗਾਂ ਕਰ ਰਹੇ ਹੈ ਜਦੋ ਜਹਿਦ ਕਰ ਰਹੇ ਹੈ ਕਈ ਮਹੀਨਿਆਂ ਦੇ ਲੱਗੇ ਹੈ ਕਈਆਂ ਦੀਆਂ ਤੇ 30 30 ਸਾਲ ਜ਼ਿੰਦਗੀਆਂ ਲੰਘੀਆਂ ਸੰਘਰਸ਼ ਕਰਦਿਆਂ ਨੂੰ ਆਪ ਸਾਰਿਆਂ ਨੂੰ ਮੈਂ ਇੰਨੀਕ ਬੇਨਤੀ ਕਰਨੀ ਚਾਹੁੰਦਾ ਸੀ ਕਿ ਸਾਰੇ ਵੀਰ ਭਰਾ ਭੈਣਾ ਸ਼ਾਂਤੀ ਬਣਾ ਕੇ ਰੱਖਿਓ ਤੇ ਜਿਵੇਂ ਜਿਵੇਂ ਤੁਹਾਨੂੰ ਕਿਸਾਨ ਆਗੂ ਕਹਿਣ ਓਵੇਂ ਓਵੇਂ ਕਾਰਜ ਕਰਿਓ ਸੋ ਜਿਹੜੇ ਜਿਹੜੇ ਕਰਨ ਵਾਲੇ ਕੰਮ ਨੇ ਪੜੇ ਲਿਖੇ ਵੀਰ ਨੇ ਜਿਵੇਂ ਇੱਥੇ ਹੁਣ ਕੱਲ ਪਰਸੋਂ ਬਿਆਨ ਆਇਆ ਪੰਜਾਬ ਸਰਕਾਰ ਵੱਲੋਂ ਕਿ ਜਿਹੜੇ ਕਿਸਾਨ ਉੱਥੇ ਕੁਰਬਾਨ ਹੋਏ ਐ ਉਹਨਾਂ ਵਾਸਤੇ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਨੂੰ ਨੌਕਰੀ ਦੇਾਂਗੇ ਸੋ ਠੀਕ ਐ ਜੇ ਇਦਾਂ ਦਾ ਕਦਮ ਚੁੱਕਿਆ ਜਾਂਦਾ ਤਾਂ ਉਹਦੇ ਵਾਸਤੇ ਡਾਕੂਮੈਂਟਸ ਪੂਰੇ ਕਰਵਾਓ ਪ੍ਰੈਸ਼ਰ ਬਿਲਡ ਕਰੋ ਇਲਾਕੇ ਦੇ ਐਮਐਲਏ ਨੂੰ ਕਹਿ ਕੇ ਕਿਵੇਂ ਨਾ ਕਿਵੇਂ ਜ਼ੋਰ ਪਵਾ ਕੇ ਤਾਂ ਜੋ ਉਹਨਾਂ ਨੂੰ ਨੌਕਰੀਆਂ ਮਿਲ ਸਕਣ ਠੀਕ ਹੈ ਹਰ ਕੋਈ ਬੰਦਾ ਥੋੜੀ ਥੋੜੀ ਅਸੀਂ 50 50000 ਦੀ 42 ਫੈਮਲੀਆਂ ਦੀ ਮਦਦ ਕਰ ਦਿੱਤੀ ਜੋ ਸਾਨੂੰ ਡਿਊਟੀ ਲੱਗੀ ਅੰਦੋਲਨ ਵੱਲੋਂ ਉਹ ਕਰ ਦਿੱਤੀ 20 ਲੱਖ ਰੁਪਇਆ ਦਿੱਤਾ ਪਰ ਇਹਦੇ ਨਾਲ ਕੁਝ ਨਹੀਂ ਬਣਦਾ ਜੇ ਨੌਕਰੀਆਂ ਦੀ ਗੱਲ ਚੱਲੇ ਤੇ ਬੜੀ ਵੱਡੀ ਗੱਲ ਹੈ ਉਹਦੇ ਵਾਸਤੇ ਡਾਕੂਮੈਂਟਸ ਪੂਰੇ ਕਰਵਾਓ ਪੇਪਰ ਪੂਰੇ ਹੋਣ ਜ਼ੋਰ ਪਾਓ ਪ੍ਰੈਸ਼ਰ ਬਿਲਡ ਕਰੋ ਜਿਹੜੇ ਜਿਹੜੇ ਬਾਹਰਲੇ ਦੇਸ਼ਾਂ ਵਿੱਚ ਬੈਠੇ ਐ ਜਿਨ੍ਹਾਂ ਨੂੰ ਪਤਾ ਹੈ ਵੀ ਇਹ ਸਾਡੇ ਏਰੀਏ ਦਾ ਬੰਦਾ ਸੀ ਤੇ ਜੇ ਨੌਕਰੀ ਮਿਲ ਜਾਵੇ ਅਗਲਾ ਆਪਣਾ ਕਮਾਵੇ ਆਪਣਾ ਖਾਵੇ ਗਵਰਨਮੈਂਟ ਜੌਬ ਹੋਵੇ ਕਿਸੇ ਦੇ ਅੱਗੇ ਹੱਥ ਅੱਡਣਾ ਹੀ ਨਾ ਪਵੇ ਲੋੜ ਨਾ ਪਵੇ ਮੈਂ ਵੇਖਦਾ ਸੀ ਇੱਥੇ ਮੈਂ ਸਨਮਾਨ ਭਾਵੇਂ ਸਾਰਿਆਂ ਦਾ ਕੀਤਾ ਕਈ ਤੇ ਆਉਣ ਵਿੱਚ ਗੁਰੇਜ ਕਰਦੇ ਐ ਸ਼ਰਮ ਮਹਿਸੂਸ ਕਰਦੇ ਐ ਤਾਂ ਕਰਕੇ ਆਪ ਸਾਰਿਆਂ ਨੂੰ ਬੇਨਤੀ ਐ ਕਰਨ ਵਾਲੇ ਜਿਹੜੇ ਕੰਮ ਐ ਉਹ ਕਰੋ ਸੋਹਣੇ ਤਰੀਕੇ ਨਾਲ ਹੁਣ ਤੱਕ ਸ਼ਾਂਤੀ ਨਾਲ ਸਾਰਾ ਕੁਝ ਚੱਲਦਾ ਰਿਹਾ ਇਹਨੂੰ ਇਸੇ ਤਰ੍ਹਾਂ ਚਲਾਇਆ ਜਾਵੇ ਇਹ ਕਿਸਾਨ ਆਗੂਆਂ ਵੱਲੋਂ ਵੀ ਤੇ ਮੇਰੇ ਵੱਲੋਂ ਵੀ ਆਪ ਸਾਰਿਆਂ ਵੀਰਾਂ ਭਰਾਵਾਂ ਕਿਸਾਨਾਂ ਨੂੰ ਬੇਨਤੀ ਹੈ ਅੱਗੇ ਲੱਗਿਆਂ ਤੇ ਭਰੋਸਾ ਕਰਕੇ ਚੱਲੋ ਮੈਂ ਪਹਿਲਾਂ ਵੀ ਇਹ ਬੇਨਤੀ ਕੀਤੀ ਸੀ ਕਿ ਨਾਲ ਤੁਰਨ ਦਾ ਮਤਲਬ ਹੁੰਦਾ ਅਸੀਂ ਨਾਲ ਆ ਚਾਹੇ ਕਾਨੂੰਨ ਰੱਦ ਹੋ ਜਾਣ ਤੇ ਚਾਹੇ ਕਿਸਾਨ ਆਗੂ ਆਪਣੀ ਸੂਝ ਬੂਝ ਅਕਲ ਦੇ ਨਾਲ ਉਹਨਾਂ ਨੂੰ ਰੱਦੀ ਕਰਾ ਦੇਣ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਅਸੀਂ ਨਾਲ ਆ ਨਾਲ ਦਾ ਮਤਲਬ ਇਹੀ ਹੁੰਦਾ ਕਿ ਤੁਸੀਂ ਅੱਗੇ ਲੱਗੇ ਹੋ ਤੇ ਅਸੀਂ ਤੁਹਾਡੇ ਨਾਲ ਆ ਸੋ ਉਹਨਾਂ ਦੀ ਸਪੈਸ਼ਲ ਮੈਨੂ ਇਹ ਕਿਹਾ ਗਿਆ ਸੀ ਮੈਂ ਆਪ ਜੀ ਨੂੰ ਸਪੈਸ਼ਲ ਆਪਣੇ ਵੱਲੋਂ ਵੀ ਤੇ ਕਿਸਾਨ ਆਗੂਆਂ ਵੱਲੋਂ ਵੀ ਬੇਨਤੀ ਕੀਤੀ ਹੈ ਤਕਾ ਬਣਾ ਕੇ ਰੱਖਿਓ ਹੁੱਲੜਬਾਜੀ ਤੋਂ ਬਚਿਓ ਭੀੜ ਦੇ ਵਿੱਚ ਪਤਾ ਨਹੀਂ ਹੁੰਦਾ ਕਈ ਤਰ੍ਹਾਂ ਦੇ ਬੰਦੇ ਵਿੱਚ ਆ ਜਾਂਦੇ ਐ ਜਿੱਧਰ ਨੂੰ ਪੈਗੇ ਉਧਰ ਨੂੰ ਪੈ ਜਾਂਦੇ ਆ ਅਸੀਂ ਇਸ ਗੱਲ ਦਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ